ਲੁਧਿਆਣਾ ਦੇ ਬਸਤੀ ਜੋਦੇਵਾਲ ਥਾਣੇ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ। ਪੁਲਿਸ ਆਪਣੇ ਏਰੀਏ ਵਿੱਚ ਗਸ਼ਤ ਲਗਾ ਰਹੀ ਸੀ ਤਾਂ ਉਹਨਾਂ ਨੂੰ ਖਾਸ ਇਨਫਾਰਮਲ ਨੇ ਸੂਚਿਤ ਕੀਤਾ ਕਿ ਇੱਕ ਕੈਂਟਰ ਨੰਬਰ PB10GK0712 ਆਈਸਰ ਗੱਡੀ ਵਿੱਚ ਇੱਜ਼ਤ ਨਗਰ ਗਲੀ ਨੰਬਰ 2 ਬਾਦਰ ਦੇ ਰੋਡ ਵਿੱਚ ਸ਼ਰਾਬ ਇੱਕ ਖਾਲੀ ਪਲਾਟ ਵਿੱਚ ਗੱਡੀ ਖੜੀ ਹੈ। ਪੁਲਿਸ ਪਾਰਟੀ ਜਦ ਮੌਕੇ 'ਤੇ ਪਹੁੰਚੀ ਤਾਂ ਮੌਕੇ 'ਤੇ ਗੱਡੀ ਦਾ ਡਰਾਈਵਰ ਭੱਜ ਗਿਆ ਤਾਂ ਪੁਲਿਸ ਨੇ ਸ਼ਰਾਬ ਸਮੇਤ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅਤੇ ਇੱਕ ਜੋਤ ਨਗਰ ਗਲੀ ਨੰਬਰ 2 ਖਾਲੀ ਪਲਾਟ ਵਿੱਚ ਕੈਂਟਰ ਸ਼ਰਾਬ ਦਾ ਭਰਿਆ ਖੜਾ, ਜਿਹਨੂੰ ਉਹ ਮਨਜੀਤ ਸਿੰਘ ਨਾਮ ਦਾ ਵਿਅਕਤੀ ਮੁਸਲਿਮ ਟਾਵਰੀ ਏਰੀਏ 'ਚ ਰਹਿੰਦਾ ਆ। ਉਹ ਡੇਲੀ ਇੱਥੋਂ ਦਾਰੂ ਸਪਲਾਈ ਕਰਦਾ ਅਤੇ ਅਸੀਂ ਉਹਦੀ ਮੁਖਬਰੀ 'ਤੇ ਜਾ ਕੇ ਰੇਡ ਕੀਤਾ ਅਤੇ ਡਰਾਈਵਰ ਮੌਕੇ ਤੋਂ ਭੱਜ ਗਿਆ ਮਨਜੀਤ ਸਿੰਘ, ਅਤੇ ਖਾਲੀ ਕੈਂਟਰ ਦੇ ਵਿੱਚ ਦਾਰੂ ਸਾਨੂੰ ਬਰਾਮਦ ਹੋਈ ਆ 57 ਪੇਟੀਆਂ ਜੀ, ਅਤੇ ਕਬਜ਼ਾ ਪੁਲਿਸ ਵਿੱਚ 57 ਪੇਟੀਆਂ ਲੈ ਕੇ ਬਾਈ ਨੇ ਮਨਜੀਤ ਸਿੰਘ 'ਤੇ ਪਰਚਾ ਦਰਜ ਕੀਤਾ। FIR ਨੰਬਰ 456 ਜੀ। ਬਾਅਦ ਤਫਤੀਸ਼ ਤੋਂ ਪਤਾ ਲੱਗੂਗਾ ਜੀ, ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਪਾਰਟੀ ਦੇਖੇ ਜੀ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।